ਹਾਜ਼ਰੀਨ ਮੁਅੱਜ਼ਜ਼, ਅੱਜ ਦੀ ਸਾਡੀ ਇਸ ਔਨਲਾਈਨ ਕਲਾਸ ਦੇ ਵਿੱਚ ਅਸੀਂ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਸੰਦਰਭ ਦੇ ਵਿੱਚ ਮੁਕਤਸਰ ਰੂਪ ਦੇ ਵਿੱਚ ਚਰਚਾ ਕਰਾਂਗੇ, ਮੁਕਤਸਰ ਰੂਪ ਦੇ ਵਿੱਚ ਉਹਨਾਂ ਦਾ ਅਧਿਐਨ ਕਰਨ ਦਾ ਯਤਨ ਕਰਾਂਗੇ। ਤੋ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਹੈ, ਅਸੀਂ ਗੱਲ ਕਰੀਏ ਕਿ ਭਾਸ਼ਾ ਅਤੇ ਉਪਭਾਸ਼ਾ ਦੇ ਸੰਦਰਭ ਦੇ ਵਿੱਚ। ਭਾਸ਼ਾ ਇੱਕ ਸਮੂਹਿਕ ਰੂਪ ਹੈ, ਭਾਸ਼ਾ ਇੱਕ ਕਿਸੇ ਜ਼ੁਬਾਨ ਦਾ ਇੱਕ ਸਮੂਹਿਕ ਰੂਪ ਹੈ, ਜਿਹਨੂੰ ਲਾਂਗ ਆਖਿਆ ਸਸਿਊਰ ਨੇ, ਔਰ ਉਹਦੇ ਉਚਾਰ ਨੂੰ ਪੈਰੋਲ ਕਹਿੰਦਾ ਹੈ। ਤੋ ਭਾਸ਼ਾ ਇੱਕ ਸਮੂਹਿਕ ਹੈ, ਔਰ ਜਿਹੜੀ ਬੋਲੀ ਹੈ ਉਹਦਾ ਵਿਅਕਤੀਗਤ ਰੂਪ ਹੈਗਾ ਅੱਗੇ ਜਾ ਕੇ। ਤੋ ਕਿਸੇ ਸਮਾਜ ਉਪਭਾਸ਼ਾ ਦਾ ਜਿਹੜਾ ਪੱਧਰ ਹੈਗਾ ਵਾ, ਜਿਹੜੀ ਉਪਭਾਸ਼ਾ ਹੈ, ਉਪਭਾਸ਼ਾ ਦਾ ਜਿਹੜਾ ਖੇਤਰ ਹੈਗਾ ਹੈ, ਉਹ ਭਾਸ਼ਾ ਦੇ ਖੇਤਰ ਦੇ ਨਾਲੋਂ ਜਿਹੜਾ ਹੈਗਾ ਉਹ ਛੋਟਾ ਹੁੰਦਾ। ਪਹਿਲੀ ਗੱਲ ਤੇ ਹੈ, ਭਾਸ਼ਾ ਦਾ ਖੇਤਰ ਜਿਹੜਾ ਉਹ ਵਸੀਹ ਹੈ, ਭਾਸ਼ਾ ਦਾ ਖੇਤਰ ਵਸੀਹ ਹੈ। ਤੋ ਜਿਹੜੀ ਉਪਭਾਸ਼ਾ ਹੈਗੀ ਆ, ਉਪਭਾਸ਼ਾ ਭਾਸ਼ਾ ਦੇ ਖੇਤਰ ਤੋਂ ਛੋਟੇ ਖੇਤਰ ਦੇ ਨਾਲ ਜਿਹੜੀ ਸੰਬੰਧ ਰੱਖਦੀ ਹੈਗੀ ਆ। ਜੇ ਉਪਭਾਸ਼ਾ ਦਾ ਖੇਤਰ ਪੂਰਾ ਵੱਡਾ ਹੈਗਾ ਤੇ ਉਪਭਾਸ਼ਾ ਦਾ ਖੇਤਰ ਇਹਦੇ ਮੁਕਾਬਲਤਨ ਛੋਟਾ ਹੁੰਦਾ ਹੈਗਾ। ਤੋ ਦੂਜੀ ਗੱਲ ਕਿ ਉਪਭਾਸ਼ਾ ਕਿਵੇਂ ਬਣਦੀ ਹੈ, ਉਪਭਾਸ਼ਾ ਦਾ ਜਿਹੜਾ ਜਨਮ ਹੁੰਦਾ ਹੈਗਾ ਉਹ ਕਿਸ ਪ੍ਰਕਾਰ ਹੁੰਦਾ ਹੈਗਾ। ਹੁਣ ਜੇ ਦੇਖਿਆ ਜਾਵੇ ਤਾਂ ਇੱਕ ਸਮਾਜ ਜਿਹੜਾ ਹੈ, ਸਮਾਜ ਕਿਸਾ ਕੋਈ ਜਿਹੜਾ ਸਮਾਜ ਹੈਗਾ ਹੈ ਜਾਂ ਕੋਈ ਇੱਕ ਬੋਲੀ ਨੂੰ ਬੋਲਣ ਵਾਲਾ ਜਿਹੜਾ ਖਿੱਤਾ ਹੈਗਾ ਹੈ ਉਹ ਬੜਾ ਵਸੀਹ ਹੁੰਦਾ ਹੈ। ਅਸੀਂ ਪੰਜਾਬ ਦੇ ਕੰਟੈਕਸਟ ਦੇ ਵਿੱਚ ਹੀ ਗੱਲ ਕਰੀਏ, ਜੇਕਰ ਅਸੀਂ ਪੰਜਾਬ ਦੇ ਸੰਦਰਭ ਦੇ ਵਿੱਚ ਹੀ ਗੱਲ ਕਰੀਏ ਤਾਂ ਜਿਹੜਾ ਸਾਡਾ ਜਿੱਥੇ ਅਸੀਂ ਅੱਜ ਪੰਜਾਬ, ਇਹ ਐਡਾ ਕੁ ਪੰਜਾਬ ਨਹੀਂ ਸੀਗਾ ਜਿੱਥੇ ਅੱਜ ਅਸੀਂ ਰਹਿ ਰਹੇ ਹੈਗੇ ਹਾਂ। ਪੰਜਾਬ ਦੀ ਵੰਡ ਜਿਹੜੀ ਹੈਗੀ ਹੈ ਉਹ ਦੋ ਵਾਰ ਹੋ ਚੁੱਕੀ ਹੈ। ਤੋ ਪੰਜਾਬ ਦਾ ਜਿਹੜਾ ਕਿਤੇ ਸਰਗੋਧਾ ਤੋਂ ਲੈ ਕੇ ਲਾਹੌਰ ਤੱਕ, ਔਰ ਡੇਰਾ ਗਾਜੀ ਖਾਂ ਮੁਲਤਾਨ ਤੱਕ ਤੋਂ ਲੈ ਕੇ ਜਿਹੜਾ ਸੀਗਾ ਰਾਜਪੂਤਾਨੇ ਤੱਕ, ਹਰਿਆਣਾ, ਹਿਮਾਚਲ, ਸਾਰਾ ਹੀ ਪੰਜਾਬ ਦੇ ਅੰਤਰਗਤ ਆਉਂਦਾ ਸੀ ਉਸ ਵੇਲੇ। ਤੋ ਪੰਜਾਬ ਦਾ ਜਿਹੜਾ ਭੂ ਭਾਗ ਹੈਗਾ, ਜਿਹੜਾ ਭੂ ਖੰਡ ਹੈਗਾ, ਜਿਹੜਾ ਇਹ ਬਹੁਤ ਜ਼ਿਆਦਾ ਵਸੀਹ ਸੀਗਾ, ਬਹੁਤ ਜ਼ਿਆਦਾ ਵੱਡਾ ਸੀਗਾ। ਤੋ ਆਮ ਇੱਕ ਜੀਵਨ ਦੀ ਕਹਾਵਤ ਹੈਗੀ ਹੈ ਕਿ ਜਿਹੜਾ 12 ਕੋਹ ਅਤੇ ਜਿਹੜੀ ਬੋਲੀ ਹੈ ਉਹ ਅਕਸਰ ਹੀ ਬਦਲ ਜਾਂਦੀ। 12 ਕੋਹ ਆਧੁਨਿਕ 18 ਕਿਲੋਮੀਟਰ, ਤੋਂ 12 ਮੀਲ ਅਤੇ ਜਾਂ 18 ਕਿਲੋਮੀਟਰ 'ਤੇ ਜਾ ਕੇ ਬੋਲੀ ਦਾ, ਕਹਿੰਦੇ ਨੇ ਸਿਆਣੇ, ਕਹਿੰਦੇ ਨੇ ਜਿਹੜੇ ਪੁਰਖੇ ਨੇ, ਦਾਨੇ ਨੇ, ਉਹ ਕਹਿੰਦੇ ਨੇ ਕਿ 18 ਕਿਲੋਮੀਟਰ 'ਤੇ ਬੋਲੀ ਦੇ ਵਿੱਚ ਫਰਕ ਪੈ ਜਾਂਦਾ, ਉਹਦੇ ਵਿੱਚ ਉਹਦੀ ਵੱਖਰਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਤੋ ਅੱਜ ਵੀ ਅਸੀਂ ਇਹ ਜੇ ਅਸੀਂ ਪ੍ਰੈਕਟੀਕਲ ਤੌਰ 'ਤੇ ਵੇਖੀਏ, ਪ੍ਰਯੋਗਾਤਮਕ ਤੌਰ 'ਤੇ ਦੇਖੀਏ, ਤਾਂ ਅੱਜ ਵੀ ਅਸੀਂ ਜੇ ਆਪਣੇ ਜਿੱਥੇ ਅਸੀਂ ਰਹਿ ਰਹੇ ਹੈਗੇ ਹਾਂ, ਆਪਣੇ ਸ਼ਹਿਰ ਤੋਂ ਅਸੀਂ ਕੋਈ 10-20-25 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਾਂਦੇ ਹਾਂ ਤਾਂ ਸਾਡੀ ਬੋਲੀ ਦੇ ਵਿੱਚ ਵੱਖਰਤਾ ਜਿਹੜੀ ਹੈ ਉਹ ਅਵੱਸ਼ ਵੇਖਣ ਨੂੰ ਮਿਲਦੀ ਹੈਗੀ ਹੈ। ਤੋ ਇਹੀ ਜਿਹੜਾ ਹੈਗਾ ਹੈ ਭਾਸ਼ਾ ਅਤੇ ਉਪਭਾਸ਼ਾ ਦਾ ਪ੍ਰਪੰਚ ਹੈਗਾ, ਕਿਉਂਕਿ ਉਸ ਵੇਲੇ ਭਾਸ਼ਾ ਦਾ ਖੇਤਰ ਬੜਾ ਵੱਡਾ ਸੀ। ਪੰਜਾਬ ਦੇ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਬੜਾ ਵੱਡਾ ਸੀਗਾ, ਤੋ ਪੰਜਾਬ ਦੇ ਇਲਾਕਿਆਂ ਦੇ ਵਿੱਚ ਆਪੋ ਆਪਣੀ ਜਿਹੜੀ ਬੋਲੀ ਸੀਗੀ ਉਹ ਬੋਲੀ ਜਾਂਦੀ ਸੀਗੀ। ਤੋ ਡਾਕਟਰ ਹਰਜੀਤ ਸਿੰਘ ਗਿੱਲ ਨੇ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੱਕ ਪ੍ਰੋਜੈਕਟ ਦੇ ਵਿੱਚ ਕੰਮ ਕੀਤਾ ਸੀਗਾ, ਉਹਨਾਂ ਨੇ ਇੱਕ ਪ੍ਰੋਜੈਕਟ ਨੂੰ ਲੈ ਕੇ ਉਹਨਾਂ ਨੇ ਇੱਕ ਸਰਵੇ ਕੀਤਾ ਸੀਗਾ ਪੂਰੇ ਪੰਜਾਬ ਦੀਆਂ ਬੋਲੀਆਂ ਅਤੇ ਉਪ ਬੋਲੀਆਂ ਦੇ ਸੰਦਰਭ ਦੇ ਵਿੱਚ, ਡਾਇਲੈਕਟ ਐਂਡ ਸਬ ਡਾਇਲੈਕਟ ਦੇ ਕੰਟੈਕਸਟ ਦੇ ਵਿੱਚ ਉਹਨਾਂ ਦਾ ਸਰਵੇ ਸੀਗਾ। ਉਹਦੇ ਵਿੱਚ ਉਹਨਾਂ ਨੇ ਪੰਜਾਬੀ ਦੀਆਂ ਕੁੱਲ 28 ਡਾਇਲੈਕਟ ਮੰਨੀਆਂ ਹੈਗੀਆਂ ਨੇ, ਜਿਹੜਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਕੰਮ ਸੀ ਉਹਨਾਂ ਦਾ, ਬੜਾ ਵਸੀਹ ਕੰਮ ਸੀਗਾ। ਤੋ ਵੱਖ ਵੱਖ ਵਿਦਵਾਨ ਨੇ, ਜਿਹੜੇ ਵੱਖ ਵੱਖ ਅਧਿਐਨ ਕਰਤਾ ਹੈਗੇ ਨੇ, ਵੱਖ ਵੱਖ ਜਿਹੜੇ ਚਿੰਤਕ ਹੈਗੇ ਨੇ, ਉਹ ਪੰਜਾਬੀ ਦੀਆਂ ਵੱਖ ਵੱਖ ਡਾਇਲੈਕਟ ਮੰਨਦੇ ਆ ਰਹੇ ਨੇ। ਕੋਈ 7 ਮੰਨਦਾ, ਕੋਈ 8 ਮੰਨ ਰਿਹਾ, ਕੋਈ 12 ਮੰਨ ਰਿਹਾ, ਕੋਈ ਕਿੰਨੀਆਂ ਮੰਨ ਰਿਹਾ। ਤੋ ਆਪਦੀ ਬੁੱਧੀਮਤਾ ਦੇ ਅਨੁਸਾਰ ਉਹ ਜਿਹੜੀਆਂ ਪੰਜਾਬੀ ਦੀਆਂ ਡਾਇਲੈਕਟਸ ਮੰਨੀਆਂ ਹਨ। ਤੋ ਪੰਜਾਬ ਦਾ ਖਿੱਤਾ ਵਿਸ਼ਾਲ ਹੋਣ ਕਰਕੇ ਅਲੱਗ ਅਲੱਗ ਇਲਾਕਿਆਂ ਦੀ ਜਿਹੜੀ ਸੀਗੀ ਬੋਲੀ ਵੀ ਜਿਹੜੀ ਉਹ ਅਲੱਗ ਅਲੱਗ ਸੀਗੀ, ਅਲੱਗ ਅਲੱਗ ਵੱਖਰੀ ਵੱਖਰੀ ਬੋਲੀ ਜਿਹੜੀ ਬੋਲੀ ਜਾਂਦੀ ਸੀ। ਇਸ ਕਰਕੇ ਜਿਹੜਾ ਸੀਗਾ ਉਸ ਵੇਲੇ ਫਿਰ ਉਹ ਡਾਇਲੈਕਟਾਂ ਦੇ ਵਿੱਚ ਉਹਨਾਂ ਨੂੰ ਵੰਡ ਦਿੱਤਾ, ਪੰਜਾਬੀ ਦੀਆਂ ਉਹਨਾਂ ਨੂੰ ਉਪਭਾਸ਼ਾ ਮੰਨ ਲਿਆ। ਤੋ ਅਸੀਂ ਇੱਥੇ ਜਿਹੜਾ ਸਾਡਾ ਅਧਿਐਨ ਹੋਊਗਾ, ਅਸੀਂ ਆਧੁਨਿਕ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਪੰਜਾਬ ਦੇ ਵਿੱਚੋਂ 30 ਜ਼ਿਲ੍ਹੇ ਜਿਹੜੇ ਹੈਗੇ ਨੇ ਉਹ ਕੱਟੇ ਗਏ ਨੇ 1947 ਦੇ ਵਿੱਚ, ਪਾਕਿਸਤਾਨ ਦੇ ਵਿੱਚ ਕੋਈ 30 ਜ਼ਿਲ੍ਹੇ ਚਲੇ ਗਏ ਨੇ ਪੰਜਾਬ ਦੇ। ਬਹੁਤ ਵੱਡਾ ਖਿੱਤਾ ਪੰਜਾਬ ਦਾ ਪਾਕਿਸਤਾਨ ਦੇ ਵਿੱਚ ਉੱਧਰ ਰਹਿ ਗਿਆ ਹੈਗਾ, ਪੱਛਮੀ ਪਾਕਿਸਤਾਨ ਦੇ ਵਿੱਚ।
और आधुनिक जेकर गल करिए फिर दूजी पंजाब की दूजी वार जो वंड होंगी है वह भाषा के आधार पर वंड होंगी 1966 के उस वेले पंजाब के नालों जोड़े दो स्टेट होर कट्टे जाते हैं एक तो हिमाचल कट्टिया जाता है और दूसरा हरियाणा कट्टिया जाता है तो पंजाब का खिता जोड़ा है बड़ा छोटा जहा रह जाता है बड़ा जोड़ा संक्षिप्त जहाँ पंजाब जोड़ा है वह रह जाता है तो असी अज उस कॉन्टैक्सट के जोड़ा है वो पंजाब दिया उप भाषावान की गल करा तो यह अक्सर गल देखने आती हैगी है कि पंजाबी दियाँ जी इन उप भाषावान ने पहली गल तो साडा जोड़ा संबंध हैगा वह आधुनिकता दे नाल है पंजाबी दियाँ असी गल करांगे कि जो आधुनिक पंजाब दियाँ उप भाषावान ने जो पहला सी भूत दे विच सी उहदे संदर्भ दे विच जस्ट एक ब्रीफ दे विच तां असी कह सकते हैं कि जी डॉक्टर हरजीत सिंह गिल दे अकॉर्डिंग जिहड़ियां 28 पंजाबी दियाँ डायलैक्ट एंड सब डायलैक्ट सीगियां परंतु वह अज पंजाब दा खिता रहा ही नहीं असी अज दे कॉन्टैक्सट दे विच पंजाबी दियाँ उप भाषावान की गल करांगे तो डॉक्टर बूटा सिंह बराड़ अपनी पुस्तक पंजाबी भाषा पंजाबी व्याकरण सिद्धांत विहार दे विच उन्होंने पंजाबी दियाँ चार जिहड़ियां मूल रूप दे विच डायलैक्ट्स मन्नियां हैगियां ने पहली वह माझी कहिंदे ने माझी फिर मलवई फिर दुआबी ते फिर पुआधी ये चार ही जिहड़ियां उन्होंने डायलैक्ट अपनी पुस्तक दे विच स्वीकार कीतियां ने माझी मलवई दुआबी ते पुआधी सर्वप्रथम असीं माझी की गल करांगे माझी आम करके जिहड़ी माझी हैगी आ माझी नूं टकसाली भाषा भी बंदे विच विच विद्वानां ने आख्या हैगा पर मूल रूप दे विच जे देखा जाए वाक बनतर दे पक्ष तो उचारण दे पक्ष तो धुनियात्मक पक्ष तो जां शब्द बोध दे पक्ष तो ते मैनू लगदा हुंदा हैगा कि जिहड़ी माझी ते मलवई दे विचकार तां जिहड़ी टकसाली भाषा दे विचकार उह काफ़ी जिहड़ा पाड़ा है ये पाड़ा मलवई जिहड़ा है उह मिटाउंदी जा रही हैगी मलवई बड़ी तेजी दे नाल जिहड़ी हैगी आ ਉਹ ਸਟੈਂਡਰਡ ਭਾਸ਼ਾ ਦੇ ਮਾਨਕ ਰੂਪ ਦੇ ਵੱਲ ਉਹ ਵੱਧ ਰਹੀ ਹੈਗੀ ਹੈ ਦਿਨੋਂ ਦਿਨ ਸੋ ਚਲੋ ਉਹ ਤਾਂ ਅੱਗੇ ਦੀਆਂ ਗੱਲਾਂ ਰਿਸਰਚ ਦੀਆਂ ਗੱਲਾਂ ਨੇ ਤੋ ਅਸੀਂ ਗੱਲ ਕਰਦੇ ਹੈਗੇ ਕਿ ਮਾਝੀ ਜਿਹੜੀ ਹੈਗੀ ਆ ਉਸਨੂੰ ਟਕਸਾਲੀ ਬੋਲੀ ਦਾ ਵੀ ਦਰਜਾ ਹਾਸਲ ਹੈ ਟਕਸਾਲੀ ਬੋਲੀ ਤੋ ਮਾਝੇ ਦਾ ਅਰਥ ਹੈਗਾ ਵਾ ਵਿਚਕਾਰਲਾ ਮਾਝਾ ਸੰਸਕ੍ਰਿਤ ਦੇ ਮਜਲੇ ਤੋਂ ਆਇਆ ਹੈਗਾ ਜਿਸਦਾ ਅਰਥ ਹੈ ਵਿਚਕਾਰਲਾ ਵਿਚਕਾਰ ਵਾਲਾ ਜਾਂ ਵਿਚਕਾਰਲਾ ਜਾਂ ਵਿਚਕਾਰ ਵਾਲਾ ਭਾਵ ਬਿਆਸ ਤੇ ਰਾਵੀ ਦਰਿਆਵਾਂ ਦਾ ਜੋ ਵਿਚਕਾਰਲਾ ਭੂ ਭਾਗ ਹੈਗਾ ਵਾ ਉਸਨੂੰ ਮਾਝਾ ਆਖਿਆ ਜਾਂਦਾ ਹੈਗਾ ਮਜਲਾ ਜਾਂ ਮੱਧ ਜਾਂ ਮਾਝਾ ਤੋ ਜੋ ਇਸ ਬਿਆਸ ਤੇ ਰਾਵੀ ਦੇ ਵਿਚਕਾਰ ਦੀ ਬੋਲੀ ਹੈ ਬਿਆਸ ਦਰਿਆ ਤੇ ਰਾਵੀ ਦਰਿਆ ਦੇ ਵਿਚਕਾਰ ਦੀ ਜਿਹੜੀ ਬੋਲੀ ਹੈਗੀ ਹੈ ਉਸਨੂੰ ਮਾਝੀ ਦੇ ਨਾਂ ਦੇ ਨਾਲ ਮੁਖਾਤਿਬ ਕੀਤਾ ਜਾਂਦਾ ਹੈ ਤੋ ਮਾਝੀ ਉਪ ਭਾਸ਼ਾ ਉਸਨੂੰ ਆਖਿਆ ਗਿਆ ਹੈਗਾ ਤੋ ਜਿਹੜਾ ਮਾਝੀ ਦਾ ਜਿਹੜਾ ਖਿੱਤਾ ਹੈਗਾ ਮਾਝੀ ਦਾ ਜਿਹੜਾ ਅਸੀਂ ਗੱਲ ਕਰਾਂਗੇ ਖਿੱਤੇ ਦੀ ਇਸ ਦੇ ਵਿੱਚ ਜਿਹੜਾ ਹੈਗਾ ਲਾਹੌਰ ਗੁਜਰਾਂਵਾਲਾ ਗੁਜਰਾਂਵਾਲਾ ਔਰ ਕਸੂਰ ਫਿਰੋਜ਼ਪੁਰ ਦਾ ਕੁਝ ਹਿੱਸਾ ਫਿਰੋਜ਼ਪੁਰ ਦਾ ਕੁਝ ਹਿੱਸਾ ਅੰਮ੍ਰਿਤਸਰ ਗੁਰਦਾਸਪੁਰ ਬਟਾਲਾ ਅਤੇ ਤਰਨ ਤਾਰਨ ਆਦਿ ਇਹਨਾਂ ਜ਼ਿਲ੍ਹਿਆਂ ਦੀ ਬੋਲੀ ਨੂੰ ਜਿਹੜਾ ਹੈਗਾ ਉਹ ਮਾਝੀ ਆਖਿਆ ਜਾਂਦਾ ਹੈਗਾ ਤੋ ਮਾਝੀ ਗੱਲ ਮੈਂ ਇੱਥੇ ਇੱਕ ਹੋਰ ਵੀ ਕਲੀਅਰ ਕਰ ਦੇਵਾਂ ਕਿ ਟਕਸਾਲੀ ਬੋਲੀ ਦਾ ਦਰਜਾ ਉਸ ਭਾਸ਼ਾ ਨੂੰ ਦਿੱਤਾ ਜਾਂਦਾ ਹੈਗਾ ਜਿਹੜੀ ਭਾਸ਼ਾ ਕਿਸੇ ਧਾਰਮਿਕ ਕਿਸੇ ਵਪਾਰਕ ਖੇਤਰ ਦੇ ਇਰਦ ਗਿਰਦ ਹੋਵੇ ਕਿਸੇ ਰਾਜਨੀਤਿਕ ਖੇਤਰ ਦੇ ਇਰਦ ਗਿਰਦ ਦੀ ਹੋਵੇ
तो टकसाली बोली की जो गल करिए इन क्यों कहा जाता है, क्योंकि पुराने पंजाब दे विच ही मुढ़ तो ही लाहौर जिहड़ा सीगा कसूर और अमृतसर वर्गे जिहड़े शहर हैगे ने इह लाहौर की गल करिए राजनीतिक सीगा राजनीति नीतिक पक्ष सीगे कसूर दे विच जिहड़ा व्यापार का पक्ष सी वणज का काम हुंदा सीगा और अमृतसर दे विच जिहड़ा धार्मिक पक्ष सीगे। तो इस करके जिहड़ी इह बोली सीगी इस बोली नूं तिन्नां पद्धरां ते ही मनुख नूं ज़्यादातर लोड़ पैंदी हैगी कम धंदियां दी। तो तिन्नां कम्मां करके इन्हां करके बोली टकसाली बोली दे ज़्यादा नज़दीक चली गई, टकसाली बोली दे इह जिहड़ी हैगी आ नज़दीक पहुँच गई। तो यही कारण सीगे। तो इन्हां दे विच वी जिहड़ा हैगा वा इस खित्तियां दी बोली जिहड़ी आ इह माझी बोली दे नाल नाल प्रसिद्ध हो गई। तो माझा दा अर्थ सीगा दो दरियावां दे विचकारली भूमी, ब्यास ते रावी दे विचकारला, जां इह वी कह लो कि जे तुसीं तकनीकी पक्ष तो नहीं कहना हैगा ते पंजाब दा सेंटर सीगा जिहड़ा उस वेले दा पंजाब दा विच, अज दे पंजाब दा सेंटर नहीं हैगा माझा। जे तुसीं अज दी गल करिए ते अज सेंटर नहीं बनेगा माझा, तो अज ते मालवा सेंटर बनदा कुल मिला के। तो उस वेले दा जिहड़ा विचकारला खित्ता सी एन सेंटर सी जिहड़ा केंद्र सीगा उसनू माझा कहिंदे सीगे। तो माझे इन्हां दी जिहड़ी बोली हैगी आ उसनू माझी आख्या जांदा सी। माझी उपभाषा दे विच जिहड़े हैगे ने ओह 10 स्वर ने, स्वर भी पूरे ने और जिहड़े 29 व्यंजन मिलदे ने, व्यंजन मिलदे ने इन्हां दी बोली दे विच। और इन्हां दी बोली जिहड़ी हैगी आ ओह इन्हां दे माझी दे विच जिहड़ा मूर्तनी जिहड़ा हैगा लल्ला ओह नहीं मिलदा, नहीं हैगा मूर्तनी लल्ला इन्हां दे बोली दे विच नहीं पाया जांदा। और दूजी गल मलवई दे विच जिहड़ा हैगा जिहड़ा हा है ए मध दी स्थिति दे विच आ दे विच कन्वर्ट हो जांदा हैगा। जिहड़ा हा हैगा स्वर दे जदों शब्द बणतर हुंदी हैगी आ ते मझली स्थिति वाला हा आ दे विच कन्वर्ट हो जांदा है, जिवें तुहाडा नूं तुहाडा तुहाडा, तो जिवें गुरु हर सहाए गुरु रसाए आ, तो हा जिहड़ा हैगा ओह आ दे विच जिहड़ा कन्वर्ट हो जांदा हैगा। तो होर जिवें उस तों बाद दे विच जिहड़ा अंतला स है ओह हा विच माझी दे विच अक्सर कन्वर्ट हो जांदा है, जिवें असी असी नूं अही पैसे नूं पहे। तो इह जिहड़े इहदी खासियत हैगी आ माझी दी। तो इन्हां दी शब्दावली वक्री हैगी है, जिवें आपां कहिंदे आ कि तुसीं की करदे हो, इह कहिणगे तुसीं की करन डहे जे। जे आपां कहीए असी कहिंदे आ कि तुसीं बोलदे क्यों नहीं, तू कूण क्यों नहीं डिया जी, बोलण नूं कूणा करन नूं डिया अंतला है नूं जे वर्तना, इह माझी दी खासियत है। तो मैं मुढ दे विच वी कहा सी कि असी मुख्तसर रूप दे विच ही इन्हां बारे चर्चा करांगे, जिवें असी बहुता डीपली नहीं जावांगे इहदे संदर्भ दे विच, इहदी वाक बनतर नूं जां इहदी शब्द बनतर दे एनालिस जिहड़ा उस पद्धर तों जिहड़ा समें नूं मुख रखदे होए असी उस पक्ष तों इहदा अध्ययन नहीं करांगे। असी जस्ट साडा इत्थे जिहड़ा परपज हैगा ओह जस्ट इहदे नाल साडा जाण पछाण करवाउण दा ही है, इहदे नाल मात्र इंट्रोड्यूस करवाउणा ही है उपभाषा दे नाल। तो साडी जिहड़ी दूजी हैगी आ उपभाषा ओह मलवई है, मलवई मालवे का जिक्र जिहड़ा हैगा ओह बड़े पुरातन ग्रंथां दे विच कीता गया है। मालवा जिहड़ा हैगा ओह जिवें पाणिनी दा अष्टाध्याय उहदे विच कहिंदा है मालवात कशूद्रक सेना संज्ञा यामह, ए अष्टाध्याय दा सूत्र है। मालवात कशूद्रक सेना संज्ञा यामह अष्टाध्याय दा इह तीजे जिहड़ा हैगा उहदा तीजा अध्याय दे चौथे पाद दा 19वां सूत्र है। उहदे विच जिहड़ा हैगा उहने गल कीती हैगी आ क्योंकि पाणिनी दी व्याकरण जिहड़ी अष्टाध्याय हैगी आ ओह केवल व्याकरण ही नहीं, ओह धर्म इतिहास राजनीति
समाजिक जीवन के पक्षा आम जन जीवन के पक्षा उघाड़न वाला एक परिपूर्ण ग्रंथ है। तो उस मालवाद की गल करता है, जो मालवाद की पाणनी गल करता है तो साढ़े सामने जिहड़ा सीगा मा कशूद्रक ते मालवाद उस वेले दे जिहड़े सीगे जनपद सीगे, जनपद साढ़े सन्मुख आ जाते हैं। क्योंकि जो तुसी गल करते हो पुरातन उहदे विच मालवात मालवात अनु यदु कुरु पंचाल मत्स्या मत्स्या ते क्षूद्रक क्षूद्रक ये जनपदां दा महाजनपद आउंदे ने, ये जनपद आउंदे ने उस वेले दे। तो उहदे विचों जिहड़ा मालवात हैगा वा, मालवात जिहड़ा है वह मालवा है, वह की है मालवा। ऋग्वेद दीआं कईआं श्रुतियां दे विच वी मंडलां दे विच इहदा जिक्र आउंदा हैगा, इत्थों दी पौण पाणी दा जिक्र आउंदा हैगा। तो मालवा जिद्दां कि असीं अज देख रहे हैगे आ, वैसे एक गल होर है कि मालवा पाकिस्तान च नहीं गिआ, मालवे का संबंध जे असीं कहीए कि पछम विच चला गया, वह पछम दे विच मालवा नहीं गया हैगा। पर जिड्डा क मालवा असीं अज देख रहे हैगे आ, मालवा एडा क भी नहीं सीगा उस वेले। तो मालवा जिहड़ा सीगा, मालवा पूरे का पूरा राजपुताना और गुजरात दे रण ऑफ कच्छ तक फैलिया होया सीगा पूरा, एडा वड्डा खिता जिहड़ा वह सारा मालवा ही सीगा। तो बहुत वड्डा मालवे का खिता रहा हैगा। तो मालवे दे विच जनजीवन ना कोई बहुता खुशहाल या समृद्ध या संपत्त नहीं सीगा, मालवे का जनजीवन अस्त व्यस्त ही रहा। क्योंकि यह डिजर्ट एरिया हैगा, एक बियाबान एरिया, एक उजाड़ हैगा, बंजर जमीन मालवे दे विच जिहड़ी सी, वड्डे वड्डे टिब्बे सी हजे तक भी देखे मिल देखण नूं सानूं मिल सकदे ने कईआं जिलिआं दे विच आम करके। तो यह मालवा बड़ा वड्डा सी पर जनजीवन अस्त व्यस्त सीगा, इत्थों दा बहुता चंगा जनजीवन नहीं सीगा। तो मालवे दे विच जिहड़ी उत्थों दी फिर बोली सीगी, हुण उसनूं मलवई आख्या जाण लग पिआ। मलवई इको एक उह जी भाषा हैगी आ याद रखण योग जिहड़ी गल है, मलवई दे बहुत सारे शब्द ने जिवें दोणा, यह संस्कृत दे द्रोण तो आया है, होर तुहानूं किते नहीं मिलेगा किसी डायलैक्ट दे विच दोणा शब्द। पंजाबी दीआं जिवें मैं 28 डायलैक्टां दस्सियां ते दोणा तुहानूं मलवई दे विच मिलेगा, दोणा जां द्रोण। संस्कृत दा द्रोण है, द्रोण दा अर्थ हुंदा पात्र, पर शर्त नाल इह हैगा कि उह पात्र किसी धांत दा बणिआ हुंदा हैगा, जिवें कोई कुजा नुमा जां कोई बलटोई नुमा, बलटोई ते कुजे दा अद्ध विचकार जे दा पात्र हुंदा हैगा। आम मालवे दे लोकां तों जे तुसीं पुछ भी सकदे हो बजुर्गां कोलों कि जी दोणा की हुंदा, उह तुहानूं दस देणगे। तो संस्कृत दे द्रोण तों आया। दूजा पंजाबी दा जिहड़ा बार है, वह भी संस्कृत दे बार तो ही आया। बार इत्थे दरवाजे दे कंटैक्सट दे विच है, दरवाजा तुसी मलवई दे विच ही बोलदे हो कि जी बार भेड़ दिओ। बार दी शब्द वरतों जां ते तुहाडी मलवई दे विच हुंदी है, ते सैकंड जिहड़ी हैगी है वह ऋग्वेद दे विच बार दरवाजे दे अर्थां दे विच बार वरत्या गया हैगा। होर तुहानूं पंजाबी दी किसी भी डायलैक्ट दे विच बार वर्ड की वरतों नहीं हुंदी मिलेगी। हाँ यह गल वक्री है, कोई मालवे का बंदा माझे दे विच जाके वस गया तो उन्हां दी अपना जिहड़ा व्यक्तिगत बोली दे विच उह शब्द बोलदे होण, उहदी गल वक्री है। पर मलवई होर मलवई नूं छड्ड के किसी भी उपभाषा दे विच दरवाजे दे अर्थां दे विच बार दी वरतों नहीं हुंदी हैगी। तीजी गल पर परार, पिछले तो पिछला साल, इहदा अर्थ हैगा पिछले तो पिछला साल। मलवई दे वक्त चीज जाणदे ने, इस शब्दावली नूं अच्छी तरह जाणदे ने, उहो पिछले तो पिछला साल। और वेदां दे विच जिहड़ा हैगा इह परू परारह परा परू परारह है, आदा की है पिछला साल और आ की है पिछले तो पिछला साल। तो उही वेदां दे विच है, ये पिछला साल है ते आ पिछले तो पिछला साल है। होर तुसी मतलब मई नूं छड्डो किसी डायलैक्ट दे विच इस शब्द नूं नहीं लभ सकते। फिर एक होर शब्द हैगा समा,
जे ऐतकी समा लग गया तो असी घर पावांगे, जे ऐतकी समा लग गया तो कुड़ी का विआह कर देंगे। तो समा लगना फसल दे पैदा होण नूं, फसल दी आमदन घरे आउण नूं जिहड़ा समा लगना शब्द मलवई च तुसीं वरतदे जे, इह केवल ते केवल मलवई च ही वरत्या जांदा है जां फिर इहनूं वेदां च वरत्या जांदा है, अदरवाइज होर असी किसे उपभाषा दे विच इस नूं नहीं वरतदे। तो इन्नियां कु उदाहरणां तो यह गल स्पष्ट हो जाती है कि मलवई का जिहड़ा हिस्टोरिकल बैकग्राउंड हैगा वा वह जा करके वेदां दे नाल जुड़ जाता है, वेदां दी भाषा दे नाल, वैदिक भाषा दे नाल मलवई का जिहड़ा संबंध हैगा वह जुड़ जाता है। होर भी बहुत सारे शब्द ने, होर भी कई यहोजे शब्द ने जिहड़े इस गल नूं परपक्क तौर पर विवंजित करते हैं कि पंजाबी का संबंध तो संस्कृत नाल हैगा ही हैगा, ये कोई दो राय नहीं है, पर मलवई का संबंध बड़ा नेड़े का है संस्कृत भाषा के नाल, वह भी वैदिक भाषा के नाल, क्लासीकल भाषा नाल नहीं, वैदिक भाषा के नाल इहदा संबंध बड़ा नज़दीक का रिश्ता हैगा इहदा। तो इतों बाद जे असी मलवई की इतने तो साड़ी इहदा असी इतिहासिक पृष्ठभूमि देखी हैगी है, तो उदू बाद असी गल करिए कि मलवई का खेत्र जिहड़ा हैगा इहदा, इहदा जिहड़ा खेत्र है उहदे विच डॉक्टर प्रेम प्रकाश सिंह ने मलवई दीआं दो किस्मां दसियां ने, उहनां दी किताब है सिद्धांतक भाषा विज्ञान, उहदे विच उह दो किस्मां दी मलवई दसदे ने, उताड़ मलवई ते हिठाड़ मलवई। हिठाड़ उताड़ दे विच जिहड़े जिले आउंदे ने उहनां दे विच हैगा जी फिरोजपुर, फिरोजपुर, फरीदकोट, मोगा, फाजिलका, और लुधियाना कुछ हिस्सा। तो इदू बाद दे विच जिहड़ा हिठाड़ हैगा, सॉरी भी उताड़ दी हिठाड़ है पहला हिस्सा, हिठाड़ जिहड़ा मैं गिणिया नूं हिठाड़ कहांगे सी, हिठाड़ हिठाड़ है, इहनूं हिठाड़ कहांगे, उताड़ इधर ला, उताड़ उताड़ दे विच हैगे ने बठिंडा, मानसा, पटियाला, ਸਗਰੂਰ, ਲੁਧਿਆਣੇ ਦਾ ਕੁਝ ਹਿੱਸਾ, ਮਲੇਰਕੋਟਲੇ ਦਾ ਕੁਝ ਹਿੱਸਾ, ਉਸ ਤੋਂ ਬਾਅਦ ਦੇ ਵਿੱਚ ਫਿਰ ਬਠਿੰਡੇ ਦਾ ਜਿਹੜਾ ਹੈਗਾ ਹਰਿਆਣੇ ਨਾਲ ਲੱਗਦੀਆਂ ਹੱਦਾਂ, ਪੰਜਾਬ ਦੀਆਂ ਜੋ ਹਰਿਆਣੇ ਦੇ ਨਾਲ ਲੱਗਦੀਆਂ ਹੱਦਾਂ ਨੇ, ਮਾਨਸਾ ਦੀਆਂ ਪਰਲੇ ਪਾਸੇ ਦੀਆਂ, ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹ ਇਹਦੇ ਵਿੱਚ ਆਉਂਦੇ ਨੇ। ਤੋ ਹਿਠਾੜ ਮਲਵਈ ਦਾ ਜਿਹੜਾ ਖੇਤਰ ਹੈਗਾ ਇਹ ਇਹਨਾਂ ਜ਼ਿਲ੍ਹਿਆਂ ਦੇ ਅੰਤਰਗਤ ਆਉਂਦਾ ਹੈਗਾ, ਤੋ ਉਤਾੜ ਇਸ ਦੇ ਅੰਤਰਗਤ ਵਿਚਾਰੀ ਜਾਂਦੀ ਹੈਗੀ ਹੈ। ਤੋ ਹਿਠਾੜ ਮਲਵਈ ਦੀਆਂ ਵੀ ਅੱਗੋਂ ਦੋ ਕੈਟਾਗਰੀਜ਼ ਬਣ ਜਾਂਦੀਆਂ ਨੇ, ਇੱਕ ਹਿਠਾੜ ਜਿਹੜੀ ਹੈਗੀ ਹੈ ਉਹ ਰਾਵਾਂ ਦੀ ਬੋਲੀ ਦੇ ਵਿੱਚ ਬੋਲੀ ਹੈਗੀ ਮਲਵਈ, ਇੱਕ ਜਿਹੜੇ ਉੱਥੋਂ ਦੇ ਅੰਮ੍ਰਿਤਸਰ ਏਰੀਏ ਦੇ ਆ ਕੇ ਬੈਠੇ ਭਾਊ ਨੇ ਜਾਂ ਜੱਟ ਸਿੱਖ ਨੇ ਉਹਨਾਂ ਦੀ ਬੋਲੀ ਹੈਗੀ। ਚਲੋ ਇਹਨਾਂ ਮੈਂ ਜਿਹੜਾ ਹੈਗਾ ਉਹ ਡੀਪਲੀ ਨਹੀਂ ਜਾਊਂਗਾ ਇਸ ਪੱਧਰ ਤੋਂ। ਤੋ ਇਹ ਮਲਵਈ ਦਾ ਉਤਾੜ ਅਤੇ ਹਿਠਾੜ ਦਾ ਹਿੱਸਾ ਹੈ। ਤੋ ਉਤਾੜ ਮਲਵਈ ਦੇ ਵਿੱਚ ਫਿਰੋਜ਼ਪੁਰ, ਫਰੀਦਕੋਟ, ਮੋਗਾ, ਫਾਜ਼ਿਲਕਾ ਅਤੇ ਲੁਧਿਆਣਾ ਦਾ ਕੁਝ ਹਿੱਸਾ ਆਉਂਦਾ ਹੈ। ਹਿਠਾੜ ਮਲਵਈ ਦੇ ਵਿੱਚ ਸੋਰੀ ਹਿਠਾੜ ਦੇ ਵਿੱਚ ਉਤਾੜ ਦੇ ਵਿੱਚ ਬਠਿੰਡਾ, ਮਾਨਸਾ, ਪਟਿਆਲਾ, ਸੰਗਰੂਰ, ਨਾਭਾ ਵਗੈਰਾ ਜਿਹੜਾ ਹੈਗਾ, ਮਲੇਰਕੋਟਲੇ ਦਾ ਕੁਝ ਹਿੱਸਾ ਇਸ ਦੇ ਵਿੱਚ ਆਉਂਦਾ ਹੈਗਾ। ਤੋ ਮਲਵਈ ਦੀ ਫਿਰ ਜਿਹੜੀ ਖਾਸੀਅਤ ਹੈਗੀ ਆ ਇਹ ਤਾਂ ਹੋ ਗਿਆ ਇਹਦਾ ਖੇਤਰ। ਫਿਰ ਮਲਵਈ ਦੇ ਵਿੱਚ ਜਿਹੜੇ ਹੈਗੇ ਨੇ ਮਲਵਈ ਦੇ ਕੋਲ 10 ਸਵਰ ਨੇ ਔਰ 30 ਵਿਅੰਜਨ, 2 ਅਰਧ ਸਵਰ ਔਰ ਜਿਹੜਾ ਲੱਲਾ ਮੂਰਤਨੀ
मूर्त नहीं व्यंजन हैगा। मलवई उपभाषा दे विच जिहड़ी हैगी आ मैनू मेरी जांचे मलवई उपभाषा दे विच जिहड़ा हैगा ओ ਮੰਗਾ ਤੇ ਨਿੰਨਾ ਦੀ ਜਿਹੜੀ ਆਮ ਬੋਲਚਾਲੀ ਬੋਲੀ ਦੇ ਵਿੱਚ ਜਿਹੜੀ ਵਰਤੋਂ ਬੜੀ ਵਧੀਆ ਢੰਗ ਨਾਲ ਹੁੰਦੀ ਹੈਗੀ ਆ। ਹਾਲਾਂਕਿ ਹੋਰਨਾਂ ਉਪਭਾਸ਼ਾਵਾਂ ਦੇ ਵਿੱਚ ਜਿਹੜੀ ਹੈਗੀ ਇਹਨਾਂ ਨੂੰ ਕਰਮਵਾਰ ਜਿਹੜਾ ਹੈਗਾ ਉਹ ਗੱਗਾ ਦੇ ਵਿੱਚ ਗੱਗਾ ਨਾਸਕੀ ਟਿੱਪੀ ਵਾਲਾ ਗੱਗਾ ਔਰ ਇਹਨੂੰ ਜੱਜਾ ਉਬਲੀਕ ਜਿਹੜਾ ਹੈਗਾ ਝੱਜਾ ਦੇ ਨਾਲ ਬਦਲ ਦਿੱਤਾ ਗਿਆ ਹੈਗਾ। पर मलवई दे विच इन्हां दी वरतों जिहड़ी हैगी आ उह स्पष्ट रूप दे विच वेखण नूं मिलदी हैगी आ। जिवें बलद लंघ मारदा है जिवें मुंडा कह लो मुंडा लंघ मारदा है कुड़ी वंगा चढ़ाउंदी है मैं दे सेंग चोपड़े ने तो ये जिहड़ा हैगा है ये गां दी वरतों स्पष्ट अज भी जिहड़ी मिलती है। उस तो बाद दे विच जिहड़ा नन्हा है एक गल हरेक तकरीबन मैं ऑनलाइन क्लासा दे विच भी कहना है क्लासा दे विच भी मैं गल कहना है कि तुसी इनू जिवें असी गल करदे हैगे आ ठीक है कि पंजाबी दे विच साडे जिहड़े हैगे विद्वानां ने इहनू ਮੰਗਾ ਇਉਂ करके लिख दिता इहनू जस्ट तुसी शब्द बना लिया एक शब्द है पर जिहड़ा साउंड हैगा जां धुनि है वो आ है। शब्द बोलोगे अक्सर देखा जाता हैगा कि विद्वान सज्जन ने जिहड़े वो कहिंदे ने कि जी तुसी इहदा सही उच्चारण करके दिखाओ। मैं आप खुद कई सैमीनारां दे विच वेख्या तो विद्वान पुरख ने जिहड़े वो अक्सर ये गल कहिंदे ने जां कितें इंटरव्यूज़ दे विच भी अक्सर ये गल कहिंदे मैं सुने हैगे ने देखे हैगे ने कि तुसी जी इहदा सही उच्चारण करके दिखाओ। तो पंजाबी पाठक पंजाबी साडा जिहड़ा हैगा वर्ग हैगा वह मैनू लगता कि उहदे विचों 85% इहदा सही उच्चारण नहीं जेकर किसी नूं करना आउंदा कोई अइयां कहिंदा तो कोई गइयां कहिंदा हैगा ना तो अइयां तो ना ही गइयां हैगा ये ङ है तुसी इहदा उच्चारण करो ङ ङ ये धुनि है जस्ट साउंड है असी अपनी सार्थकता वास्ते अपने सुख वास्ते इहनू जिहड़ा उत्ते शब्द बना लिया ङा ते जे ङा भी कहना है ङा तुहाडी जुबान का पिछला हिस्सा कोमल तालू दे नाल छोहना चाहीदा है। इवें आह हैगा इह कोई इहनू भी इ्यां कहिंदा कोई इ्यां कहिंदा कोई कुछ कहिंदा है ये भी की है ङ जुबान जिहड़ी हैगी विचकार ठूठी जी बन जाए बोलण लग्या ਨਿਉ ਸੰਸਕ੍ਰਿਤ ਦੇ ਇਹ ਇਸ ਦਾ ਸਮਾਨਾਰਥਿਕ ਸ਼ਬਦ ਹੈ ਇਹਦਾ ਤੋ ਨਿਉ ਤੋ ਇਹ ਸੰਸਕ੍ਰਿਤ ਦੇ ਜਿਹੜਾ ਹੈਗਾ ਇਹਦਾ ਸਮਾਨਾਰਥਿਕ ਹੈ ਨੋ ਦਾ ਨੋ ਤੋ ਜਿਵੇਂ ਪੰਜਾਬੀ ਚ ਬੋਲਦੇ ਨੇ ਕਿ ਜੰਨ ਗਿਆ ਹੈ ਜੰਨ ਗਿਆ ਹੈ ਕੁੜੀਆਂ ਤ੍ਰਿੰਜਣ ਚ ਬੈਠੀਆਂ ਹੈ ਤ੍ਰਿੰਜਣ ਨਿਉ ਤੋ ਇਸ ਕਰਕੇ ਇਹਦੀ ਵੀ ਜਿਹੜੀ ਵਰਤੋਂ ਹੈਗੀ ਪੰਜਾਬੀ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਦੇਖੀ ਜਾ ਸਕਦੀ ਹੈ। ਖਾਸ ਕਰਕੇ ਘੱਟ ਪੜ੍ਹਿਆ ਵਰਗ ਜਿਹੜਾ ਹੈਗਾ ਹੈ ਜਾਂ ਥੋੜ੍ਹਾ ਪੜ੍ਹਿਆ ਵਰਗ ਉਹ ਬੜੀ ਬਖ ਬਖ ਬਖੂਬੀ ਇਹਦੀ ਵਰਤੋਂ ਕਰਦਾ ਮੈਂ ਵੇਖਿਆ ਹੈ। ਜਿਵੇਂ ਉਹ ਕਹਿੰਦੇ ਨੇ ਇੰਜਣ ਨੂੰ ਇੰਜਣ 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 ਵੈਸੇ ਤਾਂ ਤਤਸਮ ਸ਼ਬਦ ਹੈ ਅੰਗਰੇਜ਼ੀ ਦਾ ਹੀ ਉਹ ਤਤਸਮ ਹੀ ਵਰਤਿਆ ਜਾਂਦਾ ਪੰਜਾਬੀ ਦੇ ਵਿੱਚ ਵਰਤਦੇ ਅਸੀਂ ਉਹਨੂੰ ਇੰਜਣ ਤੋ ਇੰਜਣ ਨੂੰ ਮਲਵਈ ਦੇ ਘੱਟ ਪੜ੍ਹੇ ਵਕਤੇ ਮੈਂ ਇੰਜਣ ਸ਼ਬਦ ਬੋਲਦੇ ਵੇਖੇ ਨੇ ਇੰਜਣ ਇੰਜਣ ਞ ਤੋ ਜਿਹੜਾ ਞ ਹੈਗਾ ਇੰਜਣ ਤ੍ਰਿੰਜਣ ਤੋ ਇਹ ਸ਼ਬਦ ਜਿਹੜੇ ਵਰਤੇ ਜਾਂਦੇ ਨੇ ਆਮ ਮਲਵਈ ਦੇ ਵਿੱਚ ਅਸੀਂ ਦੇਖ ਸਕਦੇ ਹੈਗੇ ਹਾਂ। ਫਿਰ ਮਲਵਈ ਦੇ ਜਿਹੜੇ ਵਿੱਚ ਜਿਹੜਾ ਕਈ ਥਾਵਾਂ ਦੇ ਉੱਪਰ ਮਲਵਈ ਦਾ ਜਿਹੜਾ ਹੈਗਾ ਉਹ ਵਾਹਵਾ ਹੈਗਾ ਜਿਹੜਾ ਉਹ ਮੰਮੇ ਦੇ ਵਿੱਚ ਕਨਵਰਟ ਵੀ ਹੋ ਜਾਂਦਾ ਹੈਗਾ। ਸੁਰਯੰਤਰੀ ਹਾਹਾ ਪੰਜਾਬੀ ਦਾ ਆਦਿ ਮੱਧ ਅਤੇ ਅੰਤ ਦੀ ਸਥਿਤੀ ਦੇ ਵਿੱਚ ਉਹ ਕਾਮਯਾਬ ਸੁਰ ਦੇ ਵਿੱਚ ਹੀ ਰਹਿੰਦਾ ਹੈਗਾ। ਔਰ ਪੰਜਾਬੀ ਦੇ ਵਿੱਚ ਚਾਰੇ ਜਿਹੜੇ ਉਹਦੇ ਵਿੱਚ ਜਿਹੜੇ ਹੈਗੇ ਨੇ ਆਪਣੇ ਦੋ ਅਰਧ ਸਵਰ ਜਿਹੜੇ ਉਹ ਯਈਆ ਅਤੇ ਵਾਹਵਾ ਮਿਲਦੇ ਹੈਗੇ ਨੇ ਅਤੇ ਕੁੱਲ ਮਿਲਾ ਕੇ ਇਸ ਪ੍ਰਕਾਰ ਜਿਹੜਾ ਹੈਗਾ ਇਹ ਮਲਵਈ ਹੈਗੀ ਹੈ। ਤੋ ਉਦੋਂ ਅਗਲਾ ਜਿਹੜਾ ਸਾਡਾ ਹੈਗਾ ਉਹ ਹੈ ਦੁਆਬੀ। ਦੁਆਬੀ ਜਿਹੜਾ ਦੁਆਬਾ ਹੈਗਾ ਦੁਆਬੇ ਦਾ ਸ਼ਬਦਿਕ ਅਰਥ ਹੈ ਦੋ ਦਰਿਆਵਾਂ
ਦੇ ਵਿਚਕਾਰ ਵਾਲੀ ਭੂਮੀ। ਹੁਣ ਦੋ ਦਰਿਆਵਾਂ ਦੇ ਜਿਹੜੀ ਵਿਚਕਾਰਲੀ ਭੂਮੀ ਹੈਗੀ ਆ ਜਾਂ ਦੋ ਦਰਿਆਵਾਂ ਦੇ ਵਿਚਕਾਰ ਵਾਲਾ ਜਿਹੜਾ ਖਿੱਤਾ ਹੈਗਾ ਹੈ ਉਸ ਨੂੰ ਅਸੀਂ ਦੁਆਬਾ ਕਹਿੰਦੇ ਹਾਂ। ਤੋ ਬਿਆਸ ਦਰਿਆ ਤੇ ਦਰਿਆ ਸਤਲੁਜ ਦੇ ਜਿਹੜਾ ਵਿਚਕਾਰਲਾ ਹੈਗਾ ਹੈ ਬਿਆਸ ਤੇ ਸਤਲੁਜ ਦੇ ਜੋ ਵਿਚਕਾਰਲਾ ਖੇਤਰ ਹੈਗਾ ਉਸ ਨੂੰ ਦੁਆਬਾ ਕਿਹਾ ਜਾਂਦਾ, ਇਹਨੂੰ ਵਿਸਤ ਦੁਆਬ ਵੀ ਕਿਹਾ ਜਾਂਦਾ ਹੈਗਾ। ਵਿਸਤ ਦੁਆਬ, ਦੁਆਬ ਦੁਆਬ ਦਾ ਸ਼ਬਦਿਕ ਅਰਥ ਹੈਗਾ ਜਿਹੜਾ ਉਹ ਹੈ ਦੋ ਭਾਵ ਟੂ ਆਬ ਮੀਨਸ ਵਾਟਰ, ਟੂ ਵਾਟਰ ਜਾਂ ਟੂ ਰਿਵਰਸ। ਤੋ ਆਬ ਦਾ ਅਰਥ ਇੱਥੇ ਹੈਗਾ ਪਾਣੀ, ਪਾਣੀ ਕਹਿ ਲਓ ਜਾਂ ਦਰਿਆ ਕਹਿ ਲਓ, ਦਰਿਆ। ਤੋ ਦੋ ਦਰਿਆਵਾਂ ਦੇ ਵਿਚਕਾਰਲੀ ਜਿਹੜੀ ਭੂਮੀ ਹੈਗੀ ਉਹਨੂੰ ਦੁਆਬ ਆਖਿਆ ਜਾਂਦਾ ਹੈਗਾ। ਤੋ ਦੁਆਬੇ ਦੇ ਦੀ ਖਾਸੀਅਤ ਜਿਹੜੀ ਇਹ ਹੈਗੀ ਹੈ ਕਿ ਦੁਆਬੇ ਦੇ ਪੰਜਾਬ ਦੇ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਰੋਪੜ ਖੇਤਰ ਜਿਹੜਾ ਇਹਦਾ ਹੈਗਾ ਹੈ, ਜਲੰਧਰ ਹੁਸ਼ਿਆਰਪੁਰ ਹੁਸ਼ਿਆਰਪੁਰ ਕਪੂਰਥਲਾ ਰੋਪੜ ਨੰਗਲ ਆਦਿ ਜਿਹੜਾ ਹੈਗਾ ਇਹ ਦੁਆਬੇ ਦੇ ਅੰਤਰਗਤ ਆਉਂਦਾ ਹੈਗਾ। ਇਸ ਖਿੱਤੇ ਦੀ ਜਿਹੜੀ ਬੋਲੀ ਹੈਗੀ ਆ ਉਹ ਦੁਆਬੇ ਦੇ ਅੰਤਰਗਤ ਵਿਚਾਰੀ ਜਾਂਦੀ ਹੈਗੀ ਹੈ। ਇਸ ਇਹਦੀ ਇਹਦੀ ਬੋਲੀ ਦੇ ਦੁਆਬੀ ਦੇ ਵਿੱਚ ਜਿਹੜਾ ਹੈਗਾ 29 ਵਿਅੰਜਨ ਮਿਲਦੇ ਨੇ, 29 ਵਿਅੰਜਨ ਨੇ ਵਿਅੰਜਨ ਹਨ ਔਰ ਇਹਨਾਂ ਦੀ ਬੋਲੀ ਦੇ ਵਿੱਚ 10 ਸਵਰ ਨੇ, ਸਵਰ ਨੇ। ਔਰ ਇੱਕ ਗੱਲ ਹੋਰ ਹੈਗੀ ਆ ਕਿ ਇਹਨਾਂ ਦੀ ਬੋਲੀ ਕੋਲ ਸਵਰ ਤੇ 10 ਨੇ ਪਰ ਜਿਹੜਾ ਹੈਗਾ ਔ ਸਵਰ ਦੀ ਜਿਹੜੀ ਮਾਤਰਾ ਹੈਗੀ ਆ ਉਹ ਬੜੀ ਘੱਟ ਪਾਈ ਜਾਂਦੀ ਹੈ। ਦੁਆਬੀ ਦੀ ਬੜੀ ਖਾਸੀਅਤ ਹੈਗੀ ਹੈ, ਜਿਵੇਂ ਕੌਲੀ ਨੂੰ ਕੋਲੀ, ਚੌਲ ਨੂੰ ਚੋਲ। ਤੋ ਜਿਹੜਾ ਔ ਹੈਗਾ ਉੱਥੇ ਇਹ ਉਹਦੇ ਵਜੋਂ ਹੀ ਵਰਤਦੇ ਹੈਗੇ ਨੇ। ਤੋ ਦੂਜੀ ਗੱਲ ਇਹ ਹੈ ਕਿ ਦੁਆਬੀ ਦੇ ਲੋਕ ਜਿਹੜੇ ਹੈਗੇ ਨੇ ਉਹਨਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਬੜੀ ਵੱਖਰੀ ਹੈਗੀ ਹੈ। ਜਿਵੇਂ ਇਹਦੀਆਂ ਵਿਸ਼ੇਸ਼ਤਾਵਾਂ ਹੈਗੀਆਂ ਨੇ, ਜਿਵੇਂ ਆਪਾਂ ਕਹਿੰਦੇ ਕਿ ਉਹ ਕੀ ਕਰਦਾ ਹੈ, ਤੋ ਇਹ ਕਹਿਣਗੇ ਉਹ ਕੀ ਕਰਦੋ, ਕਰਦਾ ਹੈ ਨੂੰ ਕੀ ਕਰਦੋ। ਕਿਤੇ ਨਾ ਸੰਯੋਗਾਤਮਕ ਵਾਲੀ ਪ੍ਰਵਿਰਤੀ ਜਿਹੜੀ ਹੈਗੀ ਹੈ ਇਹਦੇ ਵਿੱਚ ਥੋੜ੍ਹੀ ਥੋੜ੍ਹੀ ਵੇਖਣ ਨੂੰ ਮਿਲਦੀ ਹੈਗੀ ਹੈ। ਉਸ ਤੋਂ ਬਾਅਦ ਦੇ ਵਿੱਚ ਉਹ ਕੀ ਕਰਦੇ ਨੇ, ਉਹ ਕੀ ਕਰਦੇ ਆ, ਉਹ ਕੀ ਕਰਦੋ। ਤੋ ਵਾਕੰਸ਼ ਦੇ ਪੱਧਰ 'ਤੇ ਵੇਖੀਏ ਕਿ ਉਹ ਕੀ ਕਰ ਰਿਹਾ ਸੀ, ਦੁਆਬੀਏ ਕਹਿਣਗੇ ਕਿ ਉਹ ਕੀ ਕਰ ਰਿਹਾ ਸੀਗਾ। ਤੋ ਸੀ ਨੂੰ ਸੀਗਾ ਉਚਾਰਨਾ ਜਿਹੜਾ ਦੁਆਬੀ ਦੀ ਉਹ ਖਾਸੀਅਤ ਹੈਗੀ ਹੈ, ਦੁਆਬੀ ਭਾਸ਼ਾ ਦੀ ਖਾਸੀਅਤ ਹੈਗੀ। ਤੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਹੈ ਸਾਡੇ ਕੋਲ ਤੀਸਰਾ ਹੈਗਾ ਜਿਹੜਾ ਉਹ ਪੁਆਧੀ ਹੈ, ਪੁਆਧੀ ਸੋਰੀ ਲਾਸਟ ਚੌਥਾ ਪੁਆਧੀ। ਪੁਆਧੀ ਦਾ ਸ਼ਬਦਿਕ ਅਰਥ ਹੈ ਪੂਰਵ ਪਲੱਸ ਅਰਧ, ਚੜ੍ਹਦੇ ਵਾਲੇ ਪਾਸੇ ਦਾ, ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ, ਇਹਦਾ ਸ਼ਬਦਿਕ ਅਰਥ ਹੈ। ਪੰਜਾਬ ਦਾ ਜੋ ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਹੈਗਾ ਵਾ ਉਹ ਪੁਆਧੀ ਦੇ ਅੰਤਰਗਤ ਆਉਂਦਾ ਹੈਗਾ। ਜੇ ਅਸੀਂ ਖੇਤਰ ਦੀ ਗੱਲ ਕਰੀਏ, ਜਿਹੜਾ ਖੇਤਰ ਹੈ ਪੁਆਧੀ ਦਾ ਖੇਤਰ ਜਿਹੜਾ ਹੈਗਾ ਉਹਦੇ ਵਿੱਚ ਪਟਿਆਲੇ ਦਾ ਕੁਝ ਹਿੱਸਾ, ਪਟਿਆਲਾ ਕੁਝ ਹਿੱਸਾ, ਸੰਗਰੂਰ ਇਹ ਵੀ ਕੁਝ ਹਿੱਸਾ ਚੜ੍ਹਦੇ ਵਾਲੇ ਪਾਸੇ ਵਾਲਾ, ਮਲੇਰਕੋਟਲਾ ਇਸ ਖਿੱਤਿਆਂ ਦੀ ਜਿਹੜੀ ਬੋਲੀ ਹੈਗੀ, ਇਹਨਾਂ ਦੀ ਬੋਲੀ ਜਿਹੜੀ ਹੈਗੀ ਉਹ ਪੁਆਧੀ ਦੇ ਪ੍ਰਭਾਵ ਵਾਲੀ ਹੈ। ਪੁਆਧੀ ਕੋਲ ਵੀ 10 ਸਵਰ ਹੀ ਹੈਗੇ ਨੇ ਔਰ 29 ਵਿਅੰਜਨ ਨੇ। ਪੁਆਧੀ ਦੇ ਕੋਲ ਜਿਹੜਾ ਹੈਗਾ ਵਾ ਉਹ ਜਿਹੜਾ ਸੁਰ ਹੈ
ਉਹ ਸੁਰ ਆਦਿ ਮੱਧ ਤੇ ਅੰਤ ਸਥਿਤੀ ਦੇ ਵਿਚਕਾਰ ਕਾਇਮ ਰਹਿੰਦਾ ਹੈ। ਹਾਹਾ ਸੁਰ ਵਿੱਚ ਕਨਵਰਟ ਹੋ ਜਾਂਦਾ ਹੈ। ਨਾਦੀ ਮਹਾਂਪ੍ਰਾਣ ਧੁਨੀਆਂ ਵੀ ਪੁਆਧੀ ਦੇ ਕੋਲ ਨੇ। ਪੁਆਧੀ ਦਾ ਜਿਹੜਾ ਸ਼ਬਦਾਵਲੀ ਹੈਗੀ ਉਹਦੇ 'ਤੇ ਬੰਗਰੂ ਦਾ ਪ੍ਰਭਾਵ ਪ੍ਰਤੱਖ ਰੂਪ ਦੇ ਵਿੱਚ ਦਿਖਾਈ ਦਿੰਦਾ ਹੈਗਾ। ਤੋ ਉਹਦੇ 'ਤੇ ਜਿਵੇਂ ਉਹਨਾਂ ਦੀ ਸ਼ਬਦਾਵਲੀ ਬੜੀ ਵੱਖਰੀ ਹੈਗੀ ਹੈ ਦੂਜੇ ਨਾਲੋਂ, ਦੂਜੀਆਂ ਉਪਭਾਸ਼ਾਵਾਂ ਨਾਲੋਂ। ਜਿਵੇਂ ਆਪਾਂ ਕਹਿੰਦੇ ਹੈਗੇ ਹਾਂ ਕਿ ਅੱਧ ਰੜਕਿਆ ਤੋ ਉਹਨੂੰ ਘਰੜ ਬੋਲਦੇ ਨੇ, ਤੋ ਸਹੁਰੇ ਵਾਸਤੇ ਸਿੰਘ ਜੀ, ਤੋ ਵਿਚਕਾਰ ਵਾਸਤੇ ਜੋ ਸੈਂਟਰ ਉਹਨੂੰ ਗੱਬੇ। ਤੋ ਇਹੋ ਜਿਹੀ ਸ਼ਬਦਾਵਲੀ ਉਹਨਾਂ ਦੀ ਹੈਗੀ ਹੈ। ਤੋ ਇਹਦੇ ਉੱਪਰ ਜਿਹੜਾ ਬਾਂਗਰੂ ਦਾ, ਹਿੰਦੀ ਬਾਂਗਰੂ ਦਾ ਜਿਹੜਾ ਪ੍ਰਭਾਵ ਹੈਗਾ ਉਹ ਪੁਆਧੀ ਦੇ ਉੱਪਰ ਸਪਸ਼ਟ ਦੇਖਣ ਨੂੰ ਮਿਲਦਾ ਹੈਗਾ। ਇਸ ਖਿੱਤਿਆਂ ਦੀ ਜਿਹੜੀ ਬੋਲੀ ਹੈਗੀ ਉਹ ਸਾਡੀ ਪੁਆਧੀ ਹੈਗੀ ਹੈ। ਤੋ ਕੁੱਲ ਮਿਲਾ ਕੇ ਇੱਥੋਂ ਤੱਕ ਅਸੀਂ ਪੰਜਾਬ ਦੀਆਂ ਉਪਭਾਸ਼ਾਵਾਂ ਦੇ ਰੂਪ, ਉਪਭਾਸ਼ਾਵਾਂ ਦੇ ਨਾਲ ਅਸੀਂ ਮੁਖਤਸਰ ਰੂਪ ਦੇ ਵਿੱਚ, ਸੰਖਿਪਤ ਰੂਪ ਦੇ ਵਿੱਚ ਜਾਣਨ ਦਾ ਯਤਨ ਕੀਤਾ ਹੈਗਾ। ਕਿਉਂਕਿ ਕੋਈ ਵੀ ਜਿਹੜੀ ਵੰਡ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਉਹ ਹਰਫੇ ਅਖੀਰ ਨਹੀਂ ਹੁੰਦੀ। ਉਹਨੂੰ ਅਸੀਂ ਲਾਸਟ ਵਰਡ ਨਹੀਂ ਕਹਿ ਸਕਦੇ ਕਿ ਜੀ ਇੱਥੋਂ ਤੱਕ ਖਤਮ ਹੋ ਗਿਆ। ਗੁਰਬਾਣੀ ਦਾ ਕਥਨ ਹੈ ਕਿ ਖੋਜੀ ਉਪਜੈ ਬਾਦੀ ਬਿਨਸੈ। ਤੋ ਖੋਜ ਜਿਹੜੀ ਹੈਗੀ ਆ, ਕਿਉਂ, ਕੀ ਅਤੇ ਕਿਵੇਂ ਦਾ, ਜਦੋਂ ਤੱਕ ਸ਼ਬਦ ਰਹੂਗਾ ਉਦੋਂ ਤੱਕ ਖੋਜ ਹੁੰਦੀ ਹੀ ਰਹੂਗੀ। ਤੋ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਸੰਦਰਭ ਦੇ ਵਿੱਚ ਵੀ ਅਜੇ ਹੋਰ ਖੋਜ ਦੀ ਜ਼ਰੂਰਤ ਹੈਗੀ ਆ, ਹੋਰ ਖੋਜ ਦੀ ਲੋੜ ਹੈਗੀ ਆ। ਇਹ ਵਿਸ਼ਾ ਡਾਇਲੈਕਟੋਲੋਜੀ ਦੇ ਅੰਤਰਗਤ ਮੰਗ ਕਰਦਾ ਹੈ, ਹੋਰ ਗਹਿਨ ਸ਼ੋਧ ਦੀ, ਗਵੇਸ਼ਣਾ ਦੀ ਮੰਗ ਕਰਦਾ ਹੈਗਾ। ਤੋ ਭਵਿੱਖ ਦੇ ਵਿੱਚ ਵਿੱਚ ਹੋ ਸਕਦਾ ਕਿ ਇਸ ਸੰਦਰਭ ਦੇ ਵਿੱਚ ਨਵੀਆਂ ਖੋਜਾਂ ਆਉਣ ਅਤੇ ਹੋਰ ਇਸ ਦੇ ਸੰਦਰਭ ਦੇ ਵਿੱਚ ਵਾਕ ਪੱਧਰ ਦੇ ਉੱਪਰ, ਧੁਨੀ ਪੱਧਰ ਦੇ ਉੱਪਰ, ਵਾਕੰਸ਼ ਦੇ ਪੱਧਰ ਦੇ ਉੱਪਰ ਇਸ ਦਾ ਜਿਹੜਾ ਹੈਗਾ ਹੈ, ਔਰ ਵਿਆਕਰਨਿਕ ਸ਼੍ਰੇਣੀਆਂ ਦੇ ਪੱਧਰ ਦੇ ਉੱਪਰ, ਸ਼ਬਦ ਸ਼੍ਰੇਣੀਆਂ ਦੇ ਪੱਧਰ ਦੇ ਉੱਪਰ ਜਿਹੜਾ ਇਹਦੀ ਜਿਹੜੀ ਹੈਗੀ ਹੈ, ਹੋਰ ਅੱਗੇ ਉਪਭਾਸ਼ਾਵਾਂ ਦੀ ਜਿਹੜੀ ਉਹਦਾ ਅਧਿਐਨ ਹੋਵੇ। ਤੋ ਕੁੱਲ ਮਿਲਾ ਕੇ ਜਿਹੜਾ ਹੈਗਾ ਹੈ ਇੱਥੇ ਚਰਚਾ 'ਤੇ ਸਾਡੀ 'ਤੇ ਵਿਰਾਮ ਲਾਉਂਦਿਆਂ ਹੋਇਆਂ ਮੈਂ ਅਖੀਰ ਦੇ ਵਿੱਚ ਇਹ ਕਹਿ ਸਕਦਾ ਵਾਂ, ਇਹ ਗੱਲ ਨਾਲ ਨਿਪਟਾ ਦਿੰਦਾ ਕਿ ਪੰਜਾਬੀ ਦੀਆਂ ਅਸੀਂ ਅਜੋਕੇ ਦੌਰ ਦੇ ਵਿੱਚ ਕੇਵਲ 4 ਉਪਭਾਸ਼ਾਵਾਂ ਨੂੰ ਹੀ ਜਿਹੜਾ ਹੈਗਾ ਇਸ ਸੰਦਰਭ ਦੇ ਵਿੱਚ ਵੇਖਿਆ ਹੈਗਾ ਅਤੇ ਇਹ ਜਿਹੜਾ ਵੇਖਣਾ ਸਾਡਾ ਬਣਦਾ ਹੈਗਾ। ਕਿਉਂਕਿ ਸੰਬੰਧ ਉਪਭਾਸ਼ਾ ਦਾ ਸੰਬੰਧ ਜਿਹੜਾ ਹੈਗਾ ਬੋਲਣ ਵਾਲੇ ਖਿੱਤੇ ਦੇ ਨਾਲ ਹੈਗਾ, ਔਰ ਜਿੱਡਾ ਕੁ ਖਿੱਤਾ ਹੈਗਾ ਹੈ ਉਹਦੀਆਂ ਉੱਨੀ ਕੁ ਭਾਸ਼ਾਈ ਵੰਨਗੀਆਂ ਹੈਗੀਆਂ ਨੇ। ਜੇਕਰ ਖਿੱਤੇ ਦੀ ਜਿਹੜੀ ਉਹ ਸੰਕੁਚਿਤ ਖੇਤਰ ਹੈਗਾ ਅਤੇ ਫਿਰ ਉਹਦੀਆਂ ਉੱਨੀਆਂ ਕੁ ਹੀ ਜਿਹੜੀਆਂ ਉਪਭਾਸ਼ਾਵਾਂ ਹੋਣਗੀਆਂ। ਅਤੇ ਜੇਕਰ ਅਸੀਂ ਇਸ ਵਾਦ ਵਿਵਾਦ ਦੇ ਵਿੱਚ ਫਿਰਦੇ ਰਹਾਂਗੇ ਕਿ ਜੀ ਪੰਜਾਬੀ ਦੀਆਂ 28 ਨੇ, 7 ਨੇ, 12 ਨੇ, 14 ਨੇ, 16 ਨੇ, ਨਹੀਂ, ਅਸੀਂ ਜਦੋਂ 28 ਸੀ, 7 ਸੀ ਜਾਂ 12 14 ਸੀ ਉਹ ਗੱਲ ਵੱਖਰੀ ਸੀਗੀ, ਉਹ ਸਮਾਂ ਉਹ ਭੂਤ ਦੇ ਵਿੱਚ ਬੀਤ ਗਿਆ, ਲੰਘ ਗਿਆ। ਤੋ ਆਧੁਨਿਕ ਸੰਦਰਭ ਦੇ ਵਿੱਚ ਪੰਜਾਬੀ ਦੀਆਂ ਸਾਡੀਆਂ ਕੇਵਲ 4 ਉਪਭਾਸ਼ਾਵਾਂ ਨੇ, ਔਰ 4 ਦੇ ਵੀ ਜੇ ਮੈਂ ਫਿਰ ਗੱਲ ਉਹੀ ਦੁਹਰਾਵਾਂ, ਵਾਰ ਵਾਰ ਮੈਨੂੰ ਦੁਹਰਾਉਣੀ ਬਣਦੀ ਹੈ ਕਿ ਅਜੇ ਇਹ ਰਿਸਰਚ ਦੀ ਮੰਗ ਕਰਦਾ, ਖੋਜ ਦੀ ਵਿਸ਼ਾ ਮੰਗ ਕਰਦਾ। ਹੋ ਸਕਦਾ ਕਿ 4 ਤੋਂ ਜਿਵੇਂ ਮਲਵਈ ਦੀਆਂ ਤਾਂ 2 ਨਿਕਲੀ ਆਈਆਂ ਨੇ ਉਤਾੜ ਅਤੇ ਹਿਠਾੜ, ਹੋ ਸਕਦਾ ਕਿ ਦੂਜਿਆਂ ਦੇ ਵੀ ਅੱਗੋਂ ਸਬ ਡਾਇਲੈਕਟ ਹੋਰ ਬਣ ਜਾਣ। ਸੋ ਮੈਨੂੰ ਆਸ ਹੈ ਕਿ ਤੁਸੀਂ ਪੰਜਾਬੀ ਦੀਆਂ ਇਸ ਸਾਡੀ ਇਸ ਬਰੀਫ ਜੀ, ਮੁਕਤਸਰ ਜੀ ਚਰਚਾ ਤੋਂ ਜਿਹੜਾ ਲਾਭ ਉਠਾਓਗੇ। ਧੰਨਵਾਦ।